ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਵੀ ਆ ਪਰਫੈਕਟ ਦੇ ਵਿੱਚ, ਅਤੇ ਅੱਜ ਦਾ ਵਲੋਗ ਹੋਣ ਵਾਲਾ ਪੰਜਾਬੀ ਦੇ ਵਿੱਚ, ਅਤੇ ਅੱਜ ਅਸੀਂ ਕਰਾਂਗੇ ਚੰਡੀਗੜ੍ਹ ਦੇ ਜਪਾਨੀ ਗਾਰਡਨ ਦੀ ਸੈਰ। ਸੋ ਜੀ ਹਾਂ, ਜਪਾਨੀ ਗਾਰਡਨ ਚੰਡੀਗੜ੍ਹ ਦਾ ਪਹਿਲਾ ਗਾਰਡਨ ਹੈ ਜਿਹਦੇ ਵਿੱਚ ਤੁਹਾਨੂੰ ਜਾਪਨੀਜ਼ ਆਰਕੀਟੈਕਚਰ ਦੇਖਣ ਨੂੰ ਮਿਲਦਾ ਹੈ, ਅਤੇ ਬਹੁਤ ਹੀ ਡਿਫਰੈਂਟ ਇੱਕ ਆਈਡੀਆ ਦੇ ਨਾਲ ਬਣਾਇਆ ਗਿਆ ਹੈ ਗਾਰਡਨ। ਸੋ ਅੱਜ ਕਰਦੇ ਹਾਂ ਚੰਡੀਗੜ੍ਹ ਗਾਰਡਨ ਦੀ ਸੈਰ। ਜੈਪਨੀਜ਼ ਗਾਰਡਨ 'ਚ ਤੁਸੀਂ ਦੇਖੋਗੇ ਕਿ ਹਰ ਛੋਟੀ ਤੋਂ ਛੋਟੀ ਚੀਜ਼ ਦੇ ਉੱਪਰ ਜੈਪਨੀ ਟੱਚ ਦਿੱਤਾ ਗਿਆ, ਜਿਵੇਂ ਕਿ ਲਾਈਟਾਂ ਨੇ, ਲਾਈਟਾਂ ਨੂੰ ਵੀ ਜੈਪਨੀਜ਼ ਟੱਚ ਦਿੱਤਾ ਗਿਆ। ਜਪਾਨੀ ਗਾਰਡਨ ਦੇ ਵਿੱਚ ਇਹ ਤੁਹਾਨੂੰ ਪਗੋਡਾ ਟਾਵਰ ਦੇਖਣ ਨੂੰ ਮਿਲੇਗਾ। ਇਹਦਾ ਜਿਹੜਾ ਓਰੀਜਨ ਹੈ, ਕਿਹਾ ਜਾਂਦਾ ਹੈ ਕਿ ਜੈਪਨੀਜ਼ ਪਗੋਡਾ ਦਾ ਜਿਹੜਾ ਓਰੀਜਨ ਹੋਇਆ ਸੀ, ਭਾਰਤੀ ਸਤੂਪ ਜਿਹੜੇ ਨੇ, ਜੇ ਬੁੱਧ ਧਰਮ ਨਾਲ ਜਿਹੜੇ ਸੰਬੰਧ ਰੱਖਦੇ ਨੇ, ਉਹਨਾਂ 'ਤੇ ਆਧਾਰਿਤ ਹੋਇਆ ਸੀ। ਅਤੇ ਜਿਹੜੀਆਂ ਇਹਦੀਆਂ ਤੁਸੀਂ ਦੇਖੋਗੇ, ਜਿਹੜੀਆਂ ਇਹਦੀਆਂ ਸਟਰਕਚਰ ਨੇ, ਜਿਹੜੀ ਵੀ ਬਣੀ ਹੋਏਗੀ ਇਸ ਤਰ੍ਹਾਂ ਦੀ ਬਿਲਡਿੰਗਸ, ਹਮੇਸ਼ਾ ਔਡ ਨੰਬਰਸ ਹੋਣਗੀਆਂ ਸਟੋਰੀਜ਼, ਜਿੱਦਾਂ ਕਿ 5 ਹੋਣਗੀਆਂ, 7 ਹੋਣਗੀਆਂ, ਔਡ ਨੰਬਰਸ ਮਤਲਬ ਟਾਂਗ ਸੰਖਿਆਵਾਂ ਹੋਣਗੀਆਂ। ਐਂਡ ਇਹਦੇ 'ਚ ਜਿਹੜਾ ਕਹਿੰਦੇ, ਕਿਹਾ ਜਾਂਦਾ ਹੈ ਕਿ ਜਿਹੜੇ ਸ਼ੇਪ, ਜਿਹੜੀ ਸਕੇਅਰ ਦੀ ਸ਼ੇਪ ਬਣਾਈ ਗਈ ਇਸ ਬਿਲਡਿੰਗ ਦੀ ਸਾਈਡਾਂ ਤੋਂ, ਉਹ ਅਰਥ ਨੂੰ ਡਿਨੋਟ ਕਰਦੀ ਹੈ। ਅਤੇ ਜਿਹੜਾ ਹਰ ਇੱਕ ਐਲੀਮੈਂਟ ਆ, ਆਪਾਂ ਕਹਿੰਦੇ ਨਾ 5 ਤੱਤ, ਤਾਂ ਉਹ 5 ਐਲੀਮੈਂਟਸ ਨੂੰ ਡਿਨੋਟ ਕਰਦਾ ਆ, ਜਿਵੇਂ ਕਿ ਹਵਾ, ਪਾਣੀ, ਧਰਤੀ, ਅਗਨੀ ਅਤੇ ਆਕਾਸ਼। ਤਾਂ ਜਿਹੜੇ ਇਹ 5 ਲੈਵਲਸ ਨੇ, ਇਹ 5 ਜਿਹੜੇ ਤੱਤ ਆ, ਉਹਨਾਂ ਨੂੰ ਡਿਸਕ੍ਰਾਈਬ ਕਰਦੇ ਨੇ। ਸੋ ਜੈਪਨੀਜ਼ ਗਾਰਡਨ ਦੋ ਹੋਇਆ ਹੈ, ਅਤੇ ਦੋਨਾਂ ਹਿੱਸਿਆਂ ਨੂੰ ਇੱਕ ਬ੍ਰਿਜ ਦੇ ਨਾਲ ਕਨੈਕਟ ਕੀਤਾ ਗਿਆ ਹੈ। ਤਾਂ ਹੁਣ ਅਸੀਂ ਇੱਕ ਅਤੇ ਦੂਸਰੇ ਹਿੱਸੇ ਦੀ ਤਰਫ ਅਸੀਂ ਜਾ ਰਹੇ ਹਾਂ, ਅਤੇ ਦੂਸਰੇ ਹਿੱਸੇ ਨੂੰ ਜਾਣ ਦੇ ਲਈ ਇੱਕ ਬ੍ਰਿਜ ਕਨੈਕਟ ਕਰਦਾ ਹੈ ਇਹਨਾਂ ਦੋਨਾਂ ਹਿੱਸਿਆਂ ਨੂੰ। ਤਾਂ ਹੁਣੇ ਅਸੀਂ ਦੇਖਾਂਗੇ ਉਹ ਬ੍ਰਿਜ। ਰਸਤੇ ਨੂੰ ਪਾਰ ਕਰਨ ਤੋਂ ਬਾਅਦ ਸਾਨੂੰ ਜਪਨੀਜ਼ ਗਾਰਡਨ ਦਾ ਦੂਸਰਾ ਹਿੱਸਾ ਦੇਖਣ ਨੂੰ ਮਿਲੇਗਾ।
ਕਰੋ। ਇਹ ਬਹੁਤ ਸੋਹਣੀਆਂ ਸੋਹਣੀਆਂ ਪੇਂਟਿੰਗਸ ਦੇ ਨਾਲ ਸਜਾਇਆ ਗਿਆ ਹੈ, ਤੁਸੀਂ ਦੇਖ ਸਕਦੇ ਹੋ ਜਾਪਾਨੀ ਪੇਂਟਿੰਗਸ। ਅਸੀਂ ਐਂਟਰ ਕਰ ਚੁੱਕੇ ਹਾਂ ਜੈਪਨੀਜ਼ ਗਾਰਡਨ ਦੇ ਦੂਸਰੇ ਹਿੱਸੇ ਦੇ ਵਿੱਚ, ਅਤੇ ਹੁਣ ਅਸੀਂ ਐਕਸਪਲੋਰ ਕਰਾਂਗੇ ਇਸ ਹਿੱਸੇ ਨੂੰ। ਬਹੁਤ ਹੀ ਸੋਹਣਾ ਸਟੈਚੂ ਬਣਾਇਆ ਗਿਆ ਜਿਹਦੇ 'ਚ ਦਿਖਾਇਆ ਗਿਆ ਕਿ ਇੱਕ ਜੈਪਨੀਜ਼ ਲੇਡੀ ਬੈਠੀ ਹੈ ਐਂਡ ਉਹਦੀ ਵੀਡੀਓਗ੍ਰਾਫੀ ਕਰ ਰਹੇ ਨੇ। ਬਿਊਟੀਫੁਲ। ਆਈ ਥਿੰਕ ਜੈਪਨੀਜ਼ ਗਾਰਡਨ ਹਰ ਉਮਰ ਵਰਗ ਦੇ ਲੋਕਾਂ ਦੇ ਲਈ ਆਈ ਥਿੰਕ ਪਸੰਦ ਦਾ ਥਾਂ ਹੋ ਸਕਦਾ ਹੈ, ਬਿਕੋਜ਼ ਇੱਥੇ ਬੱਚਿਆਂ ਦੇ ਲਈ ਖੇਡਣ ਦੇ ਲਈ ਜਗ੍ਹਾ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ। ਪਸੰਦ ਆਈ ਤਾਂ ਪਲੀਜ਼ ਹਿੱਟ ਦਾ ਲਾਈਕ ਬਟਨ, ਅਤੇ ਅਗਰ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਹੁਣੇ ਸਬਸਕ੍ਰਾਈਬ ਕਰੋ। ਸੀ ਯੂ ਸੂਨ।